ਅਸ਼ਮੇ ਤੁਹਾਡੇ ਵਾਸਤੇ ਲੈ ਕੇ ਆ ਚੁੱਕੇ ਕਾਫੀ ਵਧੀਆ ਜਿਹਾ ਬਿਜ਼ਨਸ ਜਿਹੜਾ ਕਿ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ, ਨਾਲੇ ਨੋਰਮਲ ਇਨਵੈਸਟਮੈਂਟ ਦੇ ਨਾਲ। ਜਿਹੜਾ ਮੈਂ ਤੁਹਾਨੂੰ ਦੱਸਾਂਗੀ ਉਵੇਂ ਤਾਂ ਬਿਜ਼ਨਸ ਕੱਪੜਿਆਂ ਦੇ ਰਹਿਣ ਵਾਲਾ, ਬਟ ਕੱਪੜਿਆਂ ਦੇ ਵਿੱਚ ਕਾਫੀ ਵੈਰਾਇਟੀਜ਼ ਆਉਂਦੀ ਹੈ, ਕਾਫੀ ਪ੍ਰੋਡਕਟਸ ਆਉਂਦੇ ਨੇ, ਭਾਵੇਂ ਸੂਟ, ਸਾੜੀ, ਕੁੜਤੀ, ਜਿਹੜਾ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ। ਬਟ ਅੱਜ ਉਹ ਬਿਜ਼ਨਸ ਮੈਂ ਤੁਹਾਡੇ ਵਾਸਤੇ ਲੈ ਕੇ ਆਏ ਜਿਹਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਮੁਨਾਫਾ ਹੋਣ ਵਾਲਾ, ਅਤੇ ਇਹ ਬਿਜ਼ਨਸ ਕਦੇ ਵੀ ਬੰਦ ਨਹੀਂ ਹੋਣ ਵਾਲਾ, ਕਦੇ ਵੀ। ਅਤੇ ਤੁਸੀਂ ਆਪ ਸੋਚੋ ਕਿਹੜਾ ਬਿਜ਼ਨਸ ਹੈ, ਨਹੀਂ ਸੋਚਿਆ ਕੋਈ ਗੱਲ ਨਹੀਂ, ਅੱਜ ਦੀ ਇਹ ਵੀਡੀਓ ਤੁਹਾਡੇ ਵਾਸਤੇ ਹੀ ਹੈਗੀ ਆ। ਅਤੇ ਵੀਡੀਓ ਦੇ ਐਂਡ ਤੱਕ ਮੈਂ ਤੁਹਾਨੂੰ ਦੱਸਾਂਗੀ ਕਿੱਥੋਂ ਤੁਸੀਂ ਪਰਚੇਜ਼ਿੰਗ ਕਰੋਗੇ, ਕਿੰਨੀ ਪ੍ਰਾਈਸ ਵਿੱਚ ਲੈ ਸਕਦੇ ਹੋ, ਕਿੰਨਾ ਇਨਵੈਸਟਮੈਂਟ ਕਰਨਾ ਪਊਗਾ, ਅਤੇ ਨਾਲੇ ਕਿਹੜਾ ਬਿਜ਼ਨਸ ਕਿਵੇਂ ਸਟਾਰਟ ਕੀਤਾ ਜਾ ਸਕਦਾ ਹੈ। ਤਾਂ ਚਲੋ ਵੇਖਦੇ ਹਾਂ ਅੱਜ ਦਾ ਇਸ ਵੀਡੀਓ, ਮੈਂ ਵੀ ਵੇਖ ਰਹੀ ਹਾਂ ਤੁਹਾਡੇ ਨਾਲ ਹੀ, ਆ ਜਾਓ ਫਿਰ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਤੁਹਾਡਾ ਵੈਲਕਮ ਹੈ ਅਜਮੀਰਾ ਫੈਸ਼ਨ ਦੇ ਯੂਟਿਊਬ ਚੈਨਲ ਦੇ ਵਿੱਚ। ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ, ਵਧੀਆ ਹੋਵੋਗੇ। ਅੱਜ ਮੈਂ ਤੁਹਾਨੂੰ ਫਿਰ ਲੈ ਕੇ ਆਈ ਅਜਮੀਰਾ ਫੈਸ਼ਨ, ਜਿਹੜਾ ਕਿ ਸੂਰਤ ਦੀ ਸਭ ਤੋਂ ਵੱਡੀ ਨੰਬਰ 1 ਮੈਨੂਫੈਕਚਰਿੰਗ ਫੈਕਟਰੀ ਹੈ। ਨਾਲੇ ਤੁਸੀਂ ਵੇਖ ਹੀ ਸਕਦੇ ਹੋ ਇੱਥੇ ਜਿੱਥੇ ਮੈਂ ਖੜੀ ਹਾਂ, ਇਹ ਹੈ ਕਿਡਸ ਵੇਅਰ ਦਾ ਕਾਊਂਟਰ। ਇੱਥੇ ਆਪਣੇ ਬੱਚਿਆਂ ਦੇ ਕੱਪੜੇ ਮਿਲਦੇ ਨੇ, ਨਿੱਕੇ ਨਿੱਕੇ ਜਵਾਕਾਂ ਦੇ, ਬੋਰਨ ਬੇਬੀ ਤੋਂ ਲੈ ਕੇ 15-16 ਸਾਲਾਂ ਤੱਕ ਦੇ ਜਵਾਕ ਦੇ ਕੱਪੜੇ ਇੱਥੇ ਮਿਲ ਜਾਂਦੇ ਨੇ। ਨਾਲੇ ਤੁਹਾਨੂੰ ਦਿਖਾ ਦਿੰਦੇ ਹਾਂ ਪਹਿਲਾਂ ਕੁਝ ਕਸਟਮਰ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਸਟਮਰਸ ਆ ਚੁੱਕੇ ਨੇ। ਕੰਪਲੀਟ ਹੀ ਕਾਊਂਟਰ ਕਿਡਸ ਵੇਅਰ ਦਾ ਰਹਿਣ ਵਾਲਾ ਹੈ। ਪਿੱਛੇ ਕਸਟਮਰ ਤੁਸੀਂ ਵੇਖ ਹੀ ਰਹੇ ਹੋ, ਕਾਫੀ ਜ਼ਿਆਦਾ ਕਸਟਮਰਸ ਦਾ ਰਸ਼ ਹੈਗਾ ਇੱਥੇ, ਜਿਹੜੇ ਆਪਣੇ ਕਸਟਮਰਸ ਉਹ ਪਰਚੇਸਿੰਗ ਕਰਕੇ ਗਏ ਨੇ, ਤਾਂ ਕਰਕੇ ਤੁਸੀਂ ਵੇਖਿਆ ਇਹ ਕਾਊਂਟਰ ਦੀ ਹਾਲਤ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ, ਕਿਉਂਕਿ ਸਾਰਾ ਦਿਨ ਇੱਥੇ ਕਸਟਮਰਸ ਆਉਂਦੇ ਰਹਿੰਦੇ ਨੇ, ਕੋਈ ਪੰਜਾਬ ਤੋਂ, ਕੋਈ ਤਮਿਲਨਾਡੂ ਤੋਂ, ਕੋਈ ਯੂਪੀ ਤੋਂ, ਕੋਈ ਬਿਹਾਰ ਤੋਂ, ਕੋਈ ਹਰਿਆਣਾ ਤੋਂ, ਕੋਈ ਰਾਜਸਥਾਨ ਤੋਂ, ਹਰ ਥਾਂ ਤੋਂ ਇੱਥੇ ਕਸਟਮਰਸ ਆਉਂਦੇ ਨੇ, ਅਤੇ ਉਹ ਵੀ ਇੱਥੇ ਬਿਜ਼ਨਸ ਕਰਨ ਵਾਸਤੇ, ਕਿਉਂਕਿ ਆਪਾਂ ਸਿੰਗਲ ਪੀਸ 'ਚ ਡੀਲ ਨਹੀਂ ਕਰਦੇ, ਪਰਸਨਲ ਯੂਜ਼ ਵਾਸਤੇ ਕਦੇ ਵੀ ਕੋਈ ਵੀ ਪ੍ਰੋਡਕਟ ਆਪਾਂ ਨਹੀਂ ਦਿੰਦੇ, ਸਿਰਫ ਔਰ ਸਿਰਫ ਆਪਾਂ ਡੀਲ ਕਰਦੇ ਹਾਂ ਤਾਂ ਬਿਜ਼ਨਸ ਵਾਸਤੇ। ਕਿ ਸਾਡਾ ਮੇਨ ਮੋਟੋ ਹੈ ਕਿ ਹਰ ਇੱਕ ਬੰਦਾ ਜਿਹੜਾ ਅੱਜ ਤੱਕ ਇਹ ਸੋਚ ਕੇ ਬੈਠਾ ਹੈ ਕਿ ਉਹਨਾਂ ਦੇ ਕੋਈ ਸੁਪਨੇ ਪੂਰੇ ਨਹੀਂ ਹੋ ਰਹੇ ਜਾਂ ਫਿਰ ਉਹਨਾਂ ਦਾ ਗੁਜ਼ਾਰਾ ਹੀ ਹੋਈ ਜਾਂਦਾ ਹੈ, ਬਾਕੀ ਕੁਝ ਹੈ ਨਹੀਂ, ਤਾਂ ਉਹਨਾਂ ਦੇ ਵਾਸਤੇ ਸਾਡੇ ਅਸੀਂ ਲੈ ਕੇ ਆਏ ਹਾਂ ਕਿ ਉਹ ਘਰੇ ਬੈਠੇ ਬਿਜ਼ਨਸ ਕਰਨ, ਨੋਰਮਲ ਇਨਵੈਸਟਮੈਂਟ, ਯਾਨੀ ਕਿ 20-25,000 ਰੁਪਏ ਲਾ ਕੇ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅਤੇ ਨਾਲੇ ਮੈਂ ਗੱਲ ਕਰ ਰਹੀ ਹਾਂ ਬੱਚਿਆਂ ਦੇ ਕੱਪੜੇ ਦੇ ਬਿਜ਼ਨਸ ਦੀ, ਕਿਡਸ ਵੇਅਰ ਦੇ ਬਿਜ਼ਨਸ ਦੀ, ਕਿਉਂਕਿ ਇਹ ਬਿਜ਼ਨਸ ਕਦੇ ਵੀ ਬੰਦ ਨਹੀਂ ਹੋਣਾ। ਤੁਹਾਨੂੰ ਵੀ ਪਤਾ ਹੈ ਕਿ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਹਾਂ, ਇੰਡੀਆ ਦੇ ਵਿੱਚ ਹਰ ਰੋਜ਼ ਕਿੰਨੇ ਸਾਰੇ ਬੱਚੇ ਜਨਮ ਲੈਂਦੇ, ਤੁਹਾਨੂੰ ਵੀ ਪਤਾ ਹੈ ਹਰ ਰੋਜ਼। ਤੁਹਾਨੂੰ ਲੱਗਦਾ ਹੈ ਕਦੇ ਬੱਚਿਆਂ ਦਾ ਬਿਜ਼ਨਸ ਕਿਤੇ ਵੀ ਬੰਦ ਹੋਣ ਵਾਲਾ ਹੈ? ਕਦੇ ਵੀ ਬੰਦ ਨਾ ਹੋਣ ਵਾਲਾ ਬਿਜ਼ਨਸ ਰਹਿੰਦਾ ਹੈ ਜੀ ਇਹ। ਅਤੇ ਚਲੋ ਤੁਹਾਨੂੰ ਮੈਂ ਕੁਝ ਸੈਂਪਲ ਪੀਸਿਸ ਦਿਖਾ ਦਿੰਦੀ ਹਾਂ, ਜਿਵੇਂ ਆਹ ਵੇਖੋ, ਤਾਂ ਵੇਖ ਸਕਦੇ ਹੋ ਤੁਸੀਂ ਫਸਟ ਕਲੈਕਸ਼ਨ ਮੈਂ ਤੁਹਾਨੂੰ ਵਿਖਾ ਰਹੀ ਹਾਂ ਸੈਂਪਲ ਪੀਸਿਸ ਵਾਸਤੇ, ਕਿੰਨਾ ਪਿਆਰਾ ਪੀਸ ਰਹਿਣਾ ਹੈ। ਹੁਡੀ ਪੈਟਰਨ ਦੇ ਨਾਲ ਤੁਹਾਨੂੰ ਮਿਲੂਗਾ, ਅਤੇ ਹੋਜ਼ਰੀ ਕੋਟਨ ਮਿਲ ਜਾਂਦਾ, ਇਹਦੇ ਵਿੱਚ ਤੁਹਾਨੂੰ ਸਾਈਜ਼ਸ ਮਿਲ ਜਾਂਦੇ ਨੇ, ਅਤੇ ਇਹਦੇ ਨਾਲ ਤੁਹਾਨੂੰ ਮਿਲ ਜਾਂਦਾ ਬੋਟਮ, ਉਹਦੇ ਵੀ ਤੁਸੀਂ ਵੇਖ ਰਹੇ ਹੋ ਕਾਫੀ ਪਿਆਰੀ ਪੋਕਿਟ ਪੈਟਰਨ ਮਿਲ ਜਾਂਦੀ ਹੈ। ਤਾਂ ਚਲੋ ਤੁਹਾਨੂੰ ਕੁਝ ਹੋਰ ਵੀ ਦਿਖਾ ਦਿੰਦੇ ਹਾਂ, ਆਹ ਦੇਖੋ ਇੱਕ ਹੋਰ ਪੀਸ ਕਾਫੀ ਪਿਆਰਾ ਹੈਗਾ, ਅਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਆਹ ਵੇਖੋ ਸ਼ਾਰਟਸ, ਅਤੇ ਇਹਦੇ ਵਿੱਚ ਇੱਕ ਹੋਰ ਕਲਰ ਡਿਜ਼ਾਇਨ ਵੀ ਹੈਗਾ। ਆਹ ਲਓ ਜੀ ਕਲਰ ਡਿਜ਼ਾਇਨ ਪੈਟਰਨ ਤੁਸੀਂ ਵੇਖ ਰਹੇ ਹੋ, ਪਾਈਪਿੰਗ ਦੇ ਨਾਲ ਮਿਲ ਜਾਂਦਾ ਹੈ, ਅਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਜੀ ਆਹ ਲਓ ਇਹਦਾ ਵੀ ਸ਼ਾਰਟਸ ਕੋਂਟਰਾਸਟ ਮੈਚਿੰਗ ਦਾ। ਹੋਰ ਚਾਹੀਦਾ ਹੈ ਤਾਂ ਆਹ ਲਓ ਫਿਰ ਇੱਕ ਹੋਰ ਕਲੈਕਸ਼ਨ ਦੇਖ ਲਓ, ਬਲੈਕ ਕਲਰ ਦੇ ਵਿੱਚ ਕਾਫੀ ਪਿਆਰਾ ਜਿਹਾ ਲੁੱਕ ਹੈਗਾ, ਡਿਜ਼ਾਇਨ ਕਾਫੀ ਸੋਹਣਾ ਹੈ, ਅਤੇ ਇਹਦੇ ਨਾਲ ਮਿਲ ਜਾਂਦਾ ਹੈ ਕੋਂਟਰਾਸਟ ਮੈਚਿੰਗ ਦਾ ਹੀ ਆਹ ਵੇਖੋ ਸ਼ਾਰਟਸ, ਕਿਉਂਕਿ ਸਮਰ ਆ ਚੁੱਕਿਆ ਹੈ ਤਾਂ ਸਮਰ ਵਾਸਤੇ ਇਸ ਟਾਈਪ ਦੇ ਕਲੈਕਸ਼ਨ ਸਭ ਤੋਂ ਜ਼ਿਆਦਾ ਚੱਲਦੇ ਨੇ। ਤਾਂ ਇਹ ਤਾਂ ਹੋਈ ਕੁਛ ਬੇਬੀ ਬੋਏ ਦੀ ਗੱਲ, ਚਲੋ ਕੁਛ ਬੇਬੀ ਗਰਲ ਦੇ ਵੀ ਤੁਹਾਨੂੰ ਸੈਂਪਲ ਪੀਸ ਦਿਖਾ ਦਿੰਦੀ ਹਾਂ। ਆਹ ਵੇਖੋ ਫਰੋਕ ਤੁਸੀਂ ਵੇਖ ਰਹੇ ਹੋ ਕਿੰਨੀ ਪਿਆਰੀ ਹੈ, ਇਹ 2-3 ਸਾਲ ਦੇ ਬੱਚਿਆਂ ਦੀ ਫਰੋਕ ਹੈਗੀ ਆ, ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਪਹਿਲਾਂ ਆਪਣੇ ਕੀ ਹੁੰਦਾ ਸੀ
ਕਿ ਜਿਹੜੇ ਆਪਣੇ ਲੇਡੀਜ਼ਾਂ ਨੇ ਉਹਨਾਂ ਦੇ ਹੀ ਕੁਛ ਸ਼ਰਾਰੇ ਪੈਟਰਨ ਆਉਂਦੇ ਸੀਗੇ, ਹੁਣ ਬੱਚਿਆਂ ਦੇ ਵੀ ਆ ਚੁੱਕੇ, ਕਿਉਂਕਿ ਜਿਹੜੇ 12-13 ਸਾਲ ਦੇ ਜਵਾਕ ਨੇ ਉਹਨਾਂ ਦਾ ਵੀ ਤਾਂ ਮਨ ਤਾਂ ਕਰਦਾ ਹੈ ਨਾ ਕਿ ਅਸੀਂ ਵਿਆਹਾਂ ਦੇ ਵਿੱਚ ਆਉਂਦੇ ਹਾਂ ਤਾਂ ਕੁਝ ਹੈਵੀ ਕਲੈਕਸ਼ਨ ਲੈ ਕੇ ਜਾਈਏ, ਤਾਂ ਉਹਨਾਂ ਵਾਸਤੇ ਵੀ ਆਪਾਂ ਕੁਝ ਲੈ ਕੇ ਆਏ ਹਾਂ। ਆਲੀਆ ਕੱਟ ਪੈਟਰਨ ਦੇ ਵਿੱਚ ਸ਼ਰਾਰਾ ਪੈਟਰਨ ਲੈ ਕੇ ਆਏ ਤੁਹਾਡੇ ਵਾਸਤੇ, ਆਹ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਪਿਆਰਾ ਹੈ ਇਹਦੇ ਨਾਲ। ਆਹ ਵੇਖੋ ਜੀ, ਸ਼ਰਾਰਾ ਜੋਰਜਟ ਫੈਬਰਿਕ ਦੇ ਨਾਲ ਮਿਲ ਜਾਂਦਾ ਤੁਹਾਨੂੰ, ਕ੍ਰਸ਼ ਦੇ ਡਿਜ਼ਾਇਨ ਦੇ ਨਾਲ। ਤਾਂ ਹੁਣ ਤੁਹਾਨੂੰ ਇੱਕ ਹੋਰ ਸੈਂਪਲ ਪੀਸ ਦਿਖਾ ਦਿੰਦੇ ਹਾਂ। ਆਹ ਵੇਖੋ ਜੀ, ਇੱਕ ਹੋਰ ਫਰੋਕ ਲੈ ਕੇ ਆਇਆ। ਕਲਰ ਵੇਖੋ ਪਹਿਲਾਂ, ਸਭ ਤੋਂ ਪਹਿਲਾਂ ਕਿੰਨਾ ਪਿਆਰਾ ਕਲਰ ਹੈ, ਇੰਗਲਿਸ਼ ਕਲਰ ਮਿਲ ਜਾਂਦਾ, ਡਿਜ਼ਾਇਨ ਕਾਫੀ ਸੋਹਣਾ ਹੈ। ਨੈਟ ਤੁਸੀਂ ਵੇਖ ਰਹੇ ਹੋ, ਕਾਫੀ ਸੋਫਟ ਮਟੀਰੀਅਲ ਤੁਹਾਨੂੰ ਇੱਥੇ ਮਿਲਣ ਲੱਗਿਆ, ਸੋਫਟ ਨੈਟ ਰਹਿਣ ਵਾਲੀ ਹੈ ਜੀ। ਅਤੇ ਇਸ ਤਰ੍ਹਾਂ ਦੇ ਤੁਹਾਨੂੰ ਇੱਥੇ, ਇਹ ਤਾਂ ਹੋਈ ਜੀ ਕੁਝ ਸਿੰਗਲ ਪੀਸਿਸ, ਜੇ ਤੁਹਾਨੂੰ ਇਸ ਟਾਈਪ ਦੇ ਕੁਝ ਚਾਹੀਦੇ ਹੋਣ ਤਾਂ ਸ਼ਰਟਾਂ ਦੇ ਵੀ ਤੁਹਾਨੂੰ ਬੰਚ ਮਿਲਣਗੇ, ਟੀ ਸ਼ਰਟ ਦੇ ਵੀ ਤੁਹਾਨੂੰ ਬੰਚ ਮਿਲਣਗੇ। ਨਾਲੇ ਇਹ ਆਪਣੇ ਜਿਹੜੇ ਕੋਂਬੋ ਸੈੱਟ ਨੇ ਉਹਨਾਂ ਦੀ ਪੈਕਿੰਗ ਹੈ ਜੀ। ਆਹ ਵੇਖੋ, ਇੱਥੇ ਤੁਹਾਨੂੰ ਕੋਂਬੋ ਸੈੱਟ ਮਿਲ ਜਾਂਦੇ ਨੇ ਜਿਹਦੇ ਵਿੱਚ ਤੁਸੀਂ ਟੀ ਸ਼ਰਟ ਅਤੇ ਉਹਨਾਂ ਦੀ ਪੈਂਟ ਨਾਲੇ ਸ਼ੋਰਟਸ ਵਗੈਰਾ ਲੈ ਸਕਦੇ ਹੋ। ਤਾਂ ਕਲੈਕਸ਼ਨ ਤੁਸੀਂ ਵੇਖ ਹੀ ਲਿਆ ਹੈ ਕਿ ਕਿੰਨਾ ਸਾਰਾ ਕਲੈਕਸ਼ਨ ਆਪਣੇ ਕੋਲ। ਇਹ ਤਾਂ ਲਿਮਿਟਿਡ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ, ਕਾਊਂਟਰ ਤੁਸੀਂ ਵੇਖਿਆ ਨਾ, ਪੂਰਾ ਕਾਊਂਟਰ ਭਰਿਆ ਹੋਇਆ ਹੈ। ਤਾਂ ਪੂਰੇ ਕਾਊਂਟਰ ਦੇ ਵਿੱਚ ਕਿੰਨੇ ਸਾਰੇ ਡਿਜ਼ਾਇਨਸ ਹੋਣਗੇ, ਕਿੰਨੇ ਸਾਰੇ ਪੈਟਰਨਸ ਹੋਣਗੇ, ਉਹ ਤਾਂ ਤੁਸੀਂ ਆਪ ਆਈਡੀਆ ਲਾ ਸਕਦੇ ਹੋ। ਤੁਹਾਨੂੰ ਪਤਾ ਆਪਣੇ ਕੋਲ ਜਿਹੜੇ ਬੱਚਿਆਂ ਦੀ ਸ਼ੇਰਵਾਨੀ ਹੁੰਦੀ ਹੈ ਨਾ, ਉਸ ਟਾਈਪ ਦੇ ਕਲੈਕਸ਼ਨ, ਕੁੜਤੇ ਹੁੰਦੇ, ਉਸ ਟਾਈਪ ਦੇ ਕਲੈਕਸ਼ਨ ਵੀ ਤੁਹਾਨੂੰ ਇੱਥੇ ਮਿਲ ਜਾਂਦੇ ਨੇ। ਹਾਈਐਸਟ ਦੱਸ ਰਹੀ ਹਾਂ, ਤੁਹਾਨੂੰ 1000 ਰੁਪੀਸ ਦੇ ਅੰਡਰ ਹੀ ਕਲੈਕਸ਼ਨ ਮਿਲੂਗਾ ਇੱਥੇ। ਅਤੇ ਮਿਨੀਮਮ ਜਿਹੜਾ ਸਟਾਰਟਿੰਗ ਹੈ ਆਪਣੀ ਉਹ ਰਹਿ ਜਾਂਦੀ ਹੈ ਜੀ 14 ਰੁਪੀਸ ਦੇ ਨਾਲ, ਸਿਰਫ ਔਰ ਸਿਰਫ 14 ਰੁਪੀਸ ਦੇ ਨਾਲ ਇੱਥੇ ਕਲੈਕਸ਼ਨ ਸਟਾਰਟ ਹੋ ਜਾਂਦਾ ਹੈ ਔਰ ਤੁਹਾਨੂੰ ਇੱਥੋਂ ਮਿਲ ਜਾਂਦਾ ਹੈ। ਤਾਂ ਤੁਸੀਂ ਸੋਚੋ, ਤੁਸੀਂ 14 ਰੁਪਏ ਤੋਂ ਲੈ ਕੇ 1000 ਰੁਪਏ ਦੇ ਅੰਡਰ ਤੁਹਾਨੂੰ ਇੱਥੇ ਕਿੰਨੇ ਸਾਰੇ ਕਲੈਕਸ਼ਨ ਮਿਲ ਰਹੇ ਨੇ। ਅਤੇ ਇਹ ਜਿਹੜਾ ਕਲੈਕਸ਼ਨ ਤੁਹਾਨੂੰ ਦੇ ਰਿਹਾ ਹੈ ਉਹ ਹੈ ਸੂਰਤ ਦਾ ਸਭ ਤੋਂ ਵੱਡਾ ਮੈਨੂਫੈਕਚਰਰ ਅਜਮੇਰਾ ਫੈਸ਼ਨ। ਸੁਣ ਲਿਆ ਨਾ? ਨਹੀਂ ਸੁਣਿਆ, ਦੱਸ ਦਿੰਦੀ ਹਾਂ। ਅਜਮੇਰਾ ਫੈਸ਼ਨ, ਕਾਫੀ ਜ਼ਿਆਦਾ ਨਾਮ ਹੈਗਾ ਇਹਨਾਂ ਦਾ ਸੂਰਤ ਦੇ ਵਿੱਚ, ਕਿਉਂਕਿ ਇਹ ਸੂਰਤ ਦੀ ਸਭ ਤੋਂ ਵੱਡੀ ਨੰਬਰ 1 ਟੈਕਸਟਾਈਲ ਫੈਕਟਰੀ ਦੇ, ਮੈਂ ਕਹਿ ਸਕਦੀ ਹਾਂ CEO ਤੁਸੀਂ ਕਹਿ ਸਕਦੇ ਹੋ, ਫਾਊਂਡਰ ਤੁਸੀਂ ਕਹਿ ਸਕਦੇ ਹੋ, ਕਿਉਂਕਿ ਉਵੇਂ ਤਾਂ ਸੂਰਤ ਦੇ ਵਿੱਚ ਕੱਪੜੇ ਬਣਦੇ ਨੇ, ਬਟ ਡਿਪੈਂਡ ਕਰਦਾ ਹੈ ਕਿ ਉੱਥੇ ਵੀ ਤੁਹਾਨੂੰ ਇਹੋ ਜਿਹਾ ਮੈਨੂਫੈਕਚਰਰ ਮਿਲੇ ਜਿਹੜਾ ਤੁਹਾਨੂੰ ਸਭ ਤੋਂ ਸਸਤੀ ਰੇਂਜ ਦੇਵੇ, ਨੋਰਮਲ ਰੀਜ਼ਨੇਬਲ ਪ੍ਰਾਈਸ, ਬੈਸਟ ਕੁਆਲਿਟੀ ਪ੍ਰੋਵਾਈਡ ਕਰਾਵੇ ਉਹਦੇ ਵਿੱਚ। ਅਤੇ ਫਿਰ ਤੁਹਾਨੂੰ ਇੱਕ ਭਰੋਸਾ ਵੀ ਚਾਹੀਦਾ ਹੁੰਦਾ ਹੈ ਕਿ ਆਪਾਂ ਪਰਚੇਜ਼ਿੰਗ ਕਰ ਲਈ ਆਪਣਾ ਮਟੀਰੀਅਲ ਤਾਂ ਸੇਫਲੀ ਆਪਣੇ ਘਰ ਆ ਜਾਵੇ, ਇਹੋ ਜਿਹਾ ਬੰਦਾ ਹੋਵੇ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਅਜਮੇਰਾ ਫੈਸ਼ਨ ਕੋਲ। ਨਾਲੇ ਤੁਹਾਨੂੰ ਪਤਾ ਹੈ ਆਪਣੇ ਕੋਲ ਹਰੇਕ ਲੈਂਗੁਏਜ ਦੇ ਸੇਲਸ ਟੀਮ ਪਰਸਨ ਹੈ, ਤੁਹਾਨੂੰ ਲੈਂਗੁਏਜ ਬਾਰੇ ਵੀ ਇੱਥੇ ਕੋਈ ਪ੍ਰੋਬਲਮ ਨਹੀਂ ਆਉਣੀ ਹੈ। ਭਾਵੇਂ ਤੁਸੀਂ ਪੰਜਾਬ ਤੋਂ ਹੋ, ਬਿਹਾਰ ਤੋਂ, ਯੂਪੀ ਤੋਂ, ਚਾਹੇ ਤੁਸੀਂ ਗੁਜਰਾਤ ਤੋਂ ਹੋ, ਹਰ ਇੱਕ ਲੈਂਗੁਏਜ ਤੋਂ ਤੁਹਾਨੂੰ ਉਹਦੇ ਸੇਲਸ ਟੀਮ ਪਰਸਨ ਮਿਲ ਜਾਂਦੇ ਹੈ। ਤਾਂ ਅੱਜ ਇੱਕ ਸੁਨਹਿਰਾ ਮੌਕਾ ਤੁਹਾਡੇ ਕੋਲ ਹੈਗਾ ਕਿ ਤੁਸੀਂ ਬਿਜ਼ਨਸ ਸਟਾਰਟ ਕਰੋ ਕਿਡਸ ਵੇਅਰ ਦਾ। ਨੋਰਮਲ ਇਨਵੈਸਟਮੈਂਟ 20 ਤੋਂ 25 ਹਜ਼ਾਰ ਰੁਪਏ ਲਾ ਕੇ ਤੁਸੀਂ ਬਿਜ਼ਨਸ ਸ਼ੁਰੂ ਕਰੋ, ਬਿਜ਼ਨਸ ਤੋਂ ਅੱਗੇ ਲੈ ਕੇ ਜਾਓ, ਘਰੇ ਬੈਠੇ ਬਿਜ਼ਨਸ ਕਰੋ, ਉਹਦੇ ਵਾਸਤੇ ਤੁਹਾਨੂੰ ਕਿਸੇ ਸ਼ੋਪ ਦੀ ਲੋੜ ਨਹੀਂ। ਜੇ ਤੁਹਾਨੂੰ ਬਿਜ਼ਨਸ ਕਰਨਾ ਨਹੀਂ ਆਉਂਦਾ ਹੈ ਤਾਂ ਵੀ ਪਰੇਸ਼ਾਨ ਨਾ ਹੋ, ਕੋਈ ਸਕਿੱਲ ਨਹੀਂ ਚਾਹੀਦੀ ਬਿਜ਼ਨਸ ਕਰਨ ਵਾਸਤੇ, ਬਸ ਤੁਹਾਨੂੰ ਪੈਸੇ ਗਿਣਨੇ ਆਉਣੇ ਚਾਹੀਦੇ ਆ। ਆਉਂਦੇ ਨਾ ਉਹ ਤਾਂ ਪੈਸੇ ਗਿਣਨੇ ਨਹੀਂ ਆਉਂਦੇ, ਸਾਰਿਆਂ ਨੂੰ ਆਉਂਦੇ, ਮੈਨੂੰ ਪਤਾ ਤੁਹਾਨੂੰ ਵੀ ਆਉਂਦੇ। ਤਾਂ ਬਸ ਉਹਨਾਂ ਆਉਂਦਾ ਕਾਫੀ ਹੈ ਬਿਜ਼ਨਸ ਕਰਨ ਵਾਸਤੇ। ਤੁਹਾਨੂੰ ਪਤਾ ਹੋਣਾ ਚਾਹੀਦਾ 200-300-500 ਹੁੰਦੇ ਹੈ, 150-300-450 ਹੁੰਦੇ ਹੈ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਬਸ ਇਸ ਤੋਂ ਜ਼ਿਆਦਾ ਕੁਛ ਨਹੀਂ ਚਾਹੀਦਾ, ਕੋਈ ਪੜ੍ਹਾਈ ਨਹੀਂ ਚਾਹੀਦੀ, ਕੋਈ ਸਕਿੱਲ ਨਹੀਂ ਚਾਹੀਦੀ, ਤੁਸੀਂ ਬਿਜ਼ਨਸ ਕਰ ਸਕਦੇ ਹੋ, ਘਰੇ ਬੈਠੇ ਬਿਜ਼ਨਸ ਕਰ ਸਕਦੇ ਹੋ ਨੋਰਮਲ ਇਨਵੈਸਟਮੈਂਟ ਦੇ ਨਾਲ। ਅਤੇ ਸ਼ੁਰੂ ਕਰ ਲਓ ਫਿਰ ਅੱਜ ਹੀ, ਅਤੇ ਆਪਣੇ ਸੁਪਨਿਆਂ ਨੂੰ ਕਰ ਲਓ ਸਾਕਾਰ, ਕਿਉਂਕਿ ਇੱਕ ਬਿਜ਼ਨਸ ਇਹੋ ਜਿਹਾ ਤੁਹਾਨੂੰ ਸਟਾਰਟਅਪ ਦੇ ਦਿੰਦਾ ਹੈ। ਬਿਜ਼ਨਸ ਇੱਕੋ ਇਹੀ ਜਿਹੀ ਚੀਜ਼ ਹੈ ਜਿਹੜੇ ਦੇ ਨਾਲ ਸੁਪਨੇ ਸਾਕਾਰ ਹੋ ਸਕਦੇ ਨੇ, ਸੁਪਨੇ ਸੱਚ ਹੁੰਦੇ ਨੇ। ਬਾਕੀ ਨੌਕਰੀ ਦੇ ਨਾਲ ਤਾਂ ਜੀ ਗੁਜ਼ਾਰਾ ਹੁੰਦਾ ਹੈ ਅਤੇ ਘਰ ਹੀ ਚੱਲਦਾ, ਉਹ ਮੈਨੂੰ ਵੀ ਪਤਾ, ਉਹ ਤੁਹਾਨੂੰ ਵੀ ਪਤਾ। ਤਾਂ ਇਸ ਵਾਸਤੇ ਲੈ ਕੇ ਆਈ ਤੁਹਾਡੇ ਵਾਸਤੇ ਬਿਜ਼ਨਸ, ਅਤੇ ਸਾਡਾ ਮੇਨ ਮੋਟੋ ਵੀ ਇਹੀ ਹੈ ਕਿ ਹਰ ਘਰ ਬਿਜ਼ਨਸ ਹੋਵੇ, ਹਰ ਬੰਦਾ ਬਿਜ਼ਨਸ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੇ। ਕੋਈ ਵੀ ਬੰਦਾ ਇਹੋ ਜਿਹਾ ਨਾ ਰਹਿ ਜੇ ਕਿ ਉਹਨੂੰ ਐਵੇਂ ਲੱਗੇ ਕਿ ਯਾਰ ਇਹ ਮੈਂ ਨਹੀਂ ਕਰ ਸਕਿਆ, ਇਹ ਮੈਂ ਨਹੀਂ ਕਰ ਸਕਿਆ, ਨਹੀਂ।
ਕਿਉਂਕਿ ਇਹ ਗਿਲਟ ਸਭ ਤੋਂ ਜ਼ਿਆਦਾ ਬੰਦੇ ਨੂੰ ਪਰੇਸ਼ਾਨ ਕਰਦਾ ਹੈ, ਇਹ ਸਭ ਤੋਂ ਜ਼ਿਆਦਾ ਡਿਪਰੈਸ਼ਨ ਦੀ ਗੱਲ ਹੁੰਦੀ ਹੈ। ਤਾਂ ਇਹ ਤੋਂ ਨਿਕਲੋ ਬਾਹਰ ਅਤੇ ਇੱਕ ਨਵਾਂ ਸਟਾਰਟਅਪ ਕਰੋ ਅਜਮੇਰਾ ਫੈਸ਼ਨ ਦੇ ਨਾਲ ਜੁੜ ਕੇ, ਅਤੇ ਤੁਸੀਂ ਆਪ ਗਰੋ ਕਰੋਗੇ ਇੱਕ ਟਾਈਮ ਦੇ ਵਿੱਚ। ਤਾਂ ਅੱਜ ਦੀ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਹਾਂ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਵੀ ਰੱਖਿਓ ਆਪਣਾ ਖਿਆਲ, ਅਤੇ ਨਾਲੇ ਬਿਜ਼ਨਸ ਕਰਨ ਵਾਸਤੇ ਤੁਸੀਂ ਔਨਲਾਈਨ ਵੀ ਜੁੜ ਸਕਦੇ ਹੋ, ਸਕਰੀਨ 'ਤੇ ਨੰਬਰ ਦਿੱਤਾ ਹੋਇਆ, ਔਨਲਾਈਨ ਵੀ ਤੁਸੀਂ ਕਾਲ ਕਰਕੇ ਪਰਚੇਜ਼ਿੰਗ ਕਰ ਸਕਦੇ ਹੋ, ਐਡਰੈਸ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਅਤੇ ਨਾਲੇ ਜੇ ਤੁਹਾਨੂੰ ਲੱਗੀ ਹੋਈ ਵੀਡੀਓ ਚੰਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ, ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈਲ ਆਈਕਨ 'ਤੇ ਵੀ ਕਲਿੱਕ, ਲੇਟੈਸਟ ਨੋਟੀਫਿਕੇਸ਼ਨ ਵਾਸਤੇ ਉਹ ਜ਼ਰੂਰੀ ਚਾਹੀਦਾ ਹੈ। ਫਿਰ ਮਿਲਦੇ ਹਾਂ, ਧੰਨਵਾਦ।